Respected staff members, dear students, good morning. Students, जिस तरह की थानों पता है, आज 3 दिसंबर को International Day of Persons with Disabilities पूरे संसार पर देश मनाया जाता है। तो आज ऐसी इस मौके पे इकट्ठे हुए हैं। मैं थोड़ा पर्टिकुलरली इस दिन डिसेबल पर्सन बारे कुछ गल्लां साझियां करना चाहती हाँ। जिवें कि तुहानू पता है कि मैं खुद एक डिसेबल हाँ और मैनू 1991 इट मीनस 28 ईयर्स हो गए हैं इस पोजिशन दे विच। उस तो पहला मैं भी थोड़े वांगर नॉर्मल 14 साल उम्र नॉर्मल बतीत कीते और इस चीज़ का मैंने ज़्यादा एहसास होएगा जे तुसी समझो कि दोनों लाइफ दे विच डिफरेंशिएशन जैसी करिए कि एक नॉर्मल पर्सन किस तरह जींदा है ते एक डिसेबल पर्सन किस तरह जींदा है। क्योंकि एक लंबा अरसा 28 साल छोटी उम्र नहीं होती लंबा अरसा मैं इस तरह जी रहा है हूँ तक तो बहुत सारिया तकलीफों का मुश्किल का सामना करना पड़ा। लेकिन मैं परमात्मा की शुक्रगुजार हाँ कि उसने मेरे अंदर इतनी स्ट्रॉन्ग विल पावर भरी और मेरी फैमिली का बहुत सपोर्ट मिल रहा जिस करके मैं एजुकेशन हासिल की। और मेरा ओपिनियन ये है कि जिन्हें भी डिसेबल पर्सन हैं जे वो प्रॉपरली एजुकेशन लैन तब घट्टो घट इंडिपेंडेंट हो सकन ते अपने आप को एक मेन स्ट्रीम के नाल जोड़न के काबिल हो सकते हैं। जितों तक सोसाइटी का सवाल है 28 साल के दौरान काम पड़ी हाँ जिसे मेरे जिहड़े क्लासमेट्स थे मेरे नाल काफ़ी कोऑपरेटिव रहे। उस तो बाद जब मैं जॉब के लिए आई हाँ मैंने 18-19 साल हो चुके हैं उस दौरान बहुत सारे लोग ऐसा के मिले जिन्होंने बहुत डिस्करेज किया जिन्होंने अकॉर्डिंग शायद मैं कोई काम करने के योग नहीं हाँ। लेकिन कुछ बंदे ऐसा के भी मिले जिन्होंने बहुत ही ज़्यादा सपोर्ट किया। पहला मैं बहुत इमोशनली अनस्टेबल थी छोटी जी गल होती थी तो मैं रोन लग पाती थी बहुत सारे फेजिस देखे अपनी लाइफ के विच नॉर्मली सर्विस के विच। लेकिन कुछ पर्सनस ने मैनू मेंटली और इमोशनली इतना स्टेबल और स्ट्रॉन्ग बना दिता जिस दे नाल मैं कोई भी हुण ऑब्सटैकल होए कोई भी चैलेंज मैनू करे उहनू मैं सक्सेसफुली ओवरकम करन दे अपने आप नू काबिल बना लिया है। ਤੇ ਸੋਸਾਇਟੀ ਦੇ ਪੱਧਰ ਤੇ ਮੇਰਾ ਮੰਨਣਾ ਇਹ ਹੈ ਕਿ ਅਸੀਂ ਦਿਵਿਆਂਗ ਪਰਸਨ ਨੂੰ ਬੋਲਣ ਲੱਗ ਪਏ ਹਾਂ। ਪਹਿਲਾਂ ਅਸੀਂ ਕਹਿੰਦੇ ਸੀ ਅੰਗਹੀਣ ਫਿਰ ਅਸੀਂ ਕਹਿੰਦੇ ਸੀ ਵਿਕਲਾਂਗ ਫਿਰ ਅਸੀਂ ਕਹਿਣ ਲੱਗ ਪਏ ਦਿਵਿਆਂਗ। ਇਹ ਨਾਮ ਚੇਂਜ ਕਰਨ ਦੇ ਨਾਲ ਕੋਈ ਫਰਕ ਨਹੀਂ ਪਏਗਾ ਚਾਹੇ ਤੁਸੀਂ ਕਿਸੇ ਪਰਸਨ ਨੂੰ ਵਿਕਲਾਂਗ ਕਹਿ ਲਓ ਜਾਂ ਦਿਵਿਆਂਗ ਕਹਿ ਲਓ। ਦਿਵਿਆਂਗ ਦਾ ਮਤਲਬ ਦਿਵਯ ਅੰਗ ਵਾਲਾ ਦਿਵਿਆਂਗ ਦਾ ਮਤਲਬ ਇਹ ਹੁੰਦਾ ਹੈ। ਦਿਵਿਆਂਗ ਜੇ ਅਸੀਂ ਵਰਡ ਯੂਜ ਕਰਦੇ ਹਾਂ ਹੁਣ ਤਾਂ ਇੱਕ ਪਰਸਨ ਦੇ ਅੰਦਰ ਜਿਹੜੀ ਉਹਦੀ ਡਿਵਿਨਿਟੀ ਹੈ ਜਾਂ ਉਹਦੀ ਸੋਲ ਦੀ ਇੱਕ ਡਿਵਿਨਿਟੀ ਹੈ ਉਸਨੂੰ ਦੇਖਣਾ ਔਰ ਪਛਾਣਨਾ ਵੀ ਜ਼ਰੂਰੀ ਹੈ। ਔਰ ਮੇਰੇ ਅਨੁਸਾਰ ਕਿ ਜਿੰਨੇ ਵੀ ਡਿਸੇਬਲਡ ਪਰਸਨ ਹਨ ਜੇ ਵਾਕਈ ਉਹ ਆਪਣੀ ਲਾਈਫ ਨੂੰ ਪ੍ਰੋਪਰਲੀ ਲੀਡ ਕਰਨਾ ਚਾਹੁੰਦੇ ਹਨ ਤਾਂ ਆਪਣੇ ਅੰਦਰ ਇੰਨਾ ਕੌਨਫੀਡੈਂਸ ਪੈਦਾ ਕਰਨ ਕਿ ਜ਼ਿੰਦਗੀ 'ਚ ਕਿੰਨੀ ਵੀ ਮੁਸ਼ਕਿਲ ਆਏ ਪਰ ਉਹ ਉਹਨਾਂ ਦੇ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਮੁਸ਼ਕਿਲਾਂ ਵੀ ਉਹਨਾਂ ਦੇ ਸਾਹਮਣੇ ਘੁੱਟੇ ਟੇਕ ਦੇਵੇ ਕਿ ਬਈ ਇਹਦਾ ਤਾਂ ਮੈਂ ਕੁਛ ਨਹੀਂ ਵਿਗਾੜ ਸਕਿਆ ਆਪਣੇ ਵੱਲੋਂ ਮੈਂ ਬਹੁਤ ਕੋਸ਼ਿਸ਼ ਕਰ ਲਈ ਪਰ ਇਹ ਪਰਸਨ ਨੇ ਮੈਨੂੰ ਹਰਾ ਦਿੱਤਾ। ਸੋਸਾਇਟੀ ਦਾ ਰੋਲ ਇਹ ਬਣਦਾ ਹੈ ਕਿ ਅਸੀਂ ਜੇ ਕਿਸੇ ਡਿਸੇਬਲਡ ਪਰਸਨ ਦੇ ਲਈ ਕੁਛ ਚੰਗਾ ਨਹੀਂ ਕਰ ਸਕਦੇ ਪੋਜ਼ਿਟਿਵਲੀ ਅਸੀਂ ਉਹਦੀ ਹੈਲਪ ਨਹੀਂ ਕਰ ਸਕਦੇ ਕੋਆਪਰੇਟ ਨਹੀਂ ਕਰ ਸਕਦੇ ਘੱਟੋ ਘੱਟ ਉਹਦੇ ਬਾਰੇ ਰੋਲੇ ਤਾਂ ਨਾ ਟਕਾਓ। ਔਰ ਮੈਂ ਇੱਕ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ 19 ਸਾਲ ਦੀ ਸਰਵਿਸ ਦੌਰਾਨ 4-5 ਸਕੂਲਸ ਦੇ ਵਿੱਚ ਮੈਂ ਕੰਮ ਕੀਤਾ ਔਰ ਸਾਰੇ ਸਟੂਡੈਂਟਸ ਨੇ ਮੇਰਾ ਇੰਨਾ ਸਪੋਰਟ ਕੀਤਾ। ਇੱਕ ਸਕੂਲ ਦੇ ਵਿੱਚ ਵੀ ਮੈਂ ਜੇ ਨਾਮ ਲਵਾਂ ਤਾਂ ਕੁਛ ਇੱਦਾਂ ਤਾਂ ਬਹੁਤ ਸਾਰੇ ਬੱਚੇ ਆ ਮੈਂ ਜਿਹਨੂੰ ਵੀ ਆਵਾਜ਼ ਲਗਾਉਂਦੀ ਹਾਂ ਉਹ ਦੌੜ ਕੇ ਆਉਂਦਾ ਮੇਰੇ ਕੋਲ। ਲੇਕਿਨ ਕੁਛ ਬੱਚੇ ਇੱਦਾਂ
ਦੇ ਨਾਲ ਪੂਰੀ ਡੈਡੀਕੇਸ਼ਨ ਦੇ ਨਾਲ ਮੇਰੇ ਲਈ ਸਭ ਕੰਮ ਕਰਦੇ ਹੈ, ਮੇਰੀ ਪੂਰੀ ਸਪੋਰਟ ਕਰਦੇ ਹੈ। ਪਰਟੀਕੂਲਰਲੀ ਜੇ ਮੈਂ ਨਾਮ ਲਵਾਂ ਜਿਸ ਕਰਨ ਵੋਕੇਸ਼ਨ ਦਾ, ਪਲੱਸ ਟੂ ਸਾਇੰਸ ਦੇ ਵਿੱਚ ਲੜਕਾ ਹੈ ਦੀਪਕ, ਅਨੀਸ਼, ਯੁਵਰਾਜ, ਇਹ ਤਿੰਨ ਬੱਚੇ ਮੈਨੂੰ ਕਦੀ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਯੁਵਰਾਜ ਮੈਨੂੰ ਛੱਡ ਗਿਆ ਜਾਂ ਮੈਨੂੰ ਲੈਣ ਆ ਜਾ, ਆਪਣੇ ਆਪ ਆਪਣੀ ਡਿਊਟੀ ਸਮਝ ਕੇ ਆਉਂਦੇ ਹੈ। ਇੱਕ ਕਾਮਰਸ ਦਾ ਲੜਕਾ ਹੈ ਰਾਹੁਲ, ਉਹ ਲੜਕਾ ਜਿਹੜਾ ਹੈ ਉਹ ਆਪਣੀ ਬਹੁਤ ਡੈਡੀਕੇਸ਼ਨ ਦੇ ਨਾਲ ਡਿਊਟੀ ਪਰਫੋਰਮ ਕਰਦਾ ਹੈ, ਔਰ ਮੈਂ ਕਿਸੇ ਨੂੰ ਫੋਰਸ ਨਹੀਂ ਕਰਦੀ ਕਿ ਮੇਰੇ ਲਈ ਤੁਸੀਂ ਇਹ ਕਰੋ। ਇਹ ਵਿਲਿੰਗਲੀ ਇਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਫੀਲਿੰਗਸ ਹੈ, ਇਹ ਖੁਦ ਹੀ ਮੇਰੀ ਹੈਲਪ ਕਰਦੇ ਹਨ। ਅਤੇ ਬਾਕੀ ਸਟੂਡੈਂਟਸ ਵੀ, ਮੈਂ ਕਦੇ ਵੀ ਕਿਸੇ ਵੀ ਸਟੂਡੈਂਟ ਨੂੰ ਤਮੰਨਾ ਲੜਕੀ ਹੈ ਕਾਮਰਸ ਦੀ, ਅੱਜ ਕੱਲ੍ਹ ਰੋਜ਼ ਮੈਨੂੰ ਜਦੋਂ ਗੱਲ ਵੱਜਦੀ ਹੈ ਸਵੇਰੇ ਮੈਨੂੰ ਲੈਣ ਆ ਗਈ, ਚਲੋ ਮੈਮ ਸਵੇਰ ਦੇ ਚੱਲੇ। ਅਤੇ ਬਹੁਤ ਸਾਰੇ ਬੱਚੇ ਹੈ, ਮੈਨੂੰ ਬਹੁਤ ਪਿਆਰ ਮਿਲਿਆ ਬੱਚਿਆਂ ਦਾ, ਔਰ ਸ਼ਾਇਦ ਅੱਜ ਮੈਂ ਜਿਸ ਹਾਲਤ ਦੇ ਵਿੱਚ ਹਾਂ ਮੈਂ ਸੈਟਿਸਫਾਈਡ ਹਾਂ, ਮੈਨੂੰ ਕੋਈ ਇਸ ਚੀਜ਼ ਦਾ ਗਮ ਨਹੀਂ ਹੈ। ਹਾਂ ਇਹ ਪ੍ਰੋਬਲਮ ਰਹਿ ਰਹੀ ਹੈ, ਬਹੁਤ ਹਾਰਡਸ਼ਿਪਸ ਹੈ, ਬਹੁਤ ਲਿਮਿਟੇਸ਼ਨ ਹੈ, ਜਿਹੜੀਆਂ ਚੀਜ਼ਾਂ ਮੈਂ ਫਰੀਲੀ ਇੱਕ ਨੋਰਮਲ ਜ਼ਿੰਦਗੀ ਬਤੀਤ ਕਰਦੇ ਕਰ ਸਕਦੀ ਸੀ ਉਹ ਮੈਂ ਨਹੀਂ ਕਰ ਪਾਉਂਦੀ ਹਾਂ, ਬਹੁਤ ਜ਼ਿਆਦਾ ਲਿਮਿਟੇਸ਼ਨਸ ਹੈ। ਕਿਉਂਕਿ ਅਸੀਂ ਇੱਕ ਨੋਰਮਲ ਪਰਸਨ ਤੋਂ ਡਿਸੇਬਲ ਪਰਸਨ ਬਾਰੇ ਗੱਲ ਕਰੇ ਤਾਂ ਸ਼ਾਇਦ ਉਹ ਜਸਟੀਫਾਈ ਨਹੀਂ ਕਰ ਪਾਏਗਾ, ਕਿਉਂ? ਕਿਉਂਕਿ ਉਸਨੇ ਉਹ ਚੀਜ਼ ਹਟਾਈ ਨਹੀਂ ਹੋਈ। ਮੈਂ ਇਹ ਪਲ ਪਲ ਇਸ ਚੀਜ਼ ਤੋਂ ਗੁਜ਼ਰਦੀ ਹਾਂ, ਇਸ ਕਰਕੇ ਮੈਨੂੰ ਪਤਾ ਹੈ ਕਿ ਕਿਆ ਪ੍ਰੋਬਲਮ ਆਉਂਦੀਆਂ ਹੈ। ਲੇਕਿਨ ਮੈਨੂੰ ਠੀਕ ਹੈ ਕਿ ਚੈਲੰਜਸ ਆਉਂਦੇ ਹੈ, ਪਰ ਪਰਮਾਤਮਾ ਦੀ ਦਇਆ ਦੇ ਨਾਲ ਮੈਂ ਉਹਨਾਂ ਚੈਲੰਜਸ ਨੂੰ ਹੁਣ ਐਕਸੈਪਟ ਕਰਨਾ ਔਰ ਉਹਨਾਂ ਨੂੰ ਹਰਾਉਣਾ ਸਿੱਖ ਲਿਆ ਹੈ। ਅਤੇ ਮੈਂ ਆਪਣੇ ਆਪ 'ਤੇ ਵੈਸੇ ਗਰਵ ਵੀ ਮਹਿਸੂਸ ਕਰਦੀ ਹਾਂ ਕਿ ਤੁਸੀਂ, ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮੈਂ ਡਬਲ MA ਇਨ ਇੰਗਲਿਸ਼ ਐਂਡ ਸੰਸਕ੍ਰਿਤ, MEd ਔਰ MPhil ਇਨ ਇੰਗਲਿਸ਼ ਕੀਤੀ ਹੋਈ ਹੈ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਆਫਰ ਕਰਦੀ ਹਾਂ ਕਿ ਕਿਸੇ ਵੀ ਕਲਾਸ ਦਾ ਬੱਚਾ ਕਦੀ ਵੀ ਤੁਹਾਨੂੰ ਕੋਈ ਵੀ ਮੇਰੇ ਸਬਜੈਕਟ ਨਾਲ ਰਿਲੇਟਿਡ ਪ੍ਰੋਬਲਮ ਆਉਂਦੀ ਹੈ ਜਾਂ ਇਨ ਜਨਰਲ ਕੋਈ ਪ੍ਰੋਬਲਮ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਮੇਰਾ ਰੂਮ ਨੰਬਰ 7 ਹੈ, ਤੁਸੀਂ ਕਦੀ ਵੀ ਉੱਥੇ ਆ ਕੇ ਮੇਰੇ ਨਾਲ ਆਪਣੀ ਗੱਲ ਸ਼ੇਅਰ ਕਰ ਸਕਦੇ ਹੋ। ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਡੀ ਜੋ ਹੋਪ ਲੈ ਕੇ ਤੁਸੀਂ ਮੇਰੇ ਤੱਕ ਆਓਗੇ ਉਸ ਨੂੰ ਪੂਰਾ ਕਰਾਂ। ਕੁਛ ਲਾਈਨਸ ਹੈ ਹਿੰਦੀ ਦੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ, ਤੁਸੀਂ ਧਿਆਨ ਨਾਲ ਸੁਣਨਾ। ਮੁੱਠੀ ਮੇ ਕੁਛ ਸਪਨੇ ਲੇਕਰ ਭਰਕਰ ਜੇਬੋ ਮੇ ਆ ਸ਼ਾਇਦ, ਦਿਲ ਮੇ ਹੈ ਅਰਮਾਨ ਯਹੀ ਕੁਛ ਕਰ ਜਾਏ ਕੁਛ ਕਰ ਜਾਏ। ਸੁਰਜਤਾ ਤੇਜ ਨਹੀਂ ਮੁਝਮੇ, ਸੁਰਜਤਾ ਤੇਜ ਨਹੀਂ ਮੁਝਮੇ, ਆਪਣੀ ਹੱਥ ਰੋਸ਼ਨ ਕਰਨੇ ਕੋ ਤੁਮ ਮੁਝਕੋ ਕਬ ਤੱਕ ਰੋਕੋਗੇ, ਤੁਮ ਮੁਝਕੋ ਕਬ ਤੱਕ ਰੋਕੋਗੇ। ਮੈਂ ਉਸ ਮਾਰਦੀ ਕਾ ਵਿਕਸ ਨਹੀਂ ਜਿਸ ਕੋ ਨਦੀਓ ਨੇ ਸੀਚਾ ਹੈ, ਮੈਂ ਉਸ ਮਾਰਦੀ ਕਾ ਵਿਕਸ ਨਹੀਂ ਜਿਸ ਕੋ ਨਦੀਓ ਨੇ ਸੀਚਾ ਹੈ। ਬੰਜਰ ਮਾਰਦੀ ਮੈਂ ਪਲ ਕਰ ਮੈਨੇ ਮ੍ਰਿਤਯੁ ਸੇ ਜੀਵਨ ਖੀਚਾ ਹੈ, ਬੰਜਰ ਮਾਰਦੀ ਮੈਂ ਪਲ ਕਰ ਮੈਨੇ ਮ੍ਰਿਤਯੁ ਸੇ ਜੀਵਨ ਖੀਚਾ ਹੈ। ਮੈਂ ਪੱਥਰ ਪਰ ਲਿਖੀ ਇਬਾਰਤ ਹੂੰ, ਮੈਂ ਪੱਥਰ ਪਰ ਲਿਖੀ ਇਬਾਰਤ ਹੂੰ, ਸ਼ੀਸ਼ੇ ਸੇ ਕਬ ਤੱਕ ਤੋੜੋਗੇ, ਮਿਟਨੇ ਵਾਲਾ ਮੈਂ ਨਾਮ ਨਹੀਂ, ਤੁਮ ਮੁਝਕੋ ਕਬ ਤੱਕ ਰੋਕੋਗੇ, ਤੁਮ ਮੁਝਕੋ ਕਬ ਤੱਕ ਰੋਕੋਗੇ। ਇਸ ਜਗ ਮੈਂ ਜਿਤਨੇ ਜ਼ੁਲਮ ਨਹੀਂ ਉਤਨੇ ਸਹਿਨੇ ਕੀ ਤਾਕਤ ਹੈ, ਇਸ ਜਗ ਮੈਂ ਜਿਤਨੇ ਜ਼ੁਲਮ ਨਹੀਂ ਉਤਨੇ ਸਹਿਨੇ ਕੀ ਤਾਕਤ ਹੈ, ਤਾਰਾ ਕੇ ਵੀ ਸ਼ੋਰ ਮੇ ਰਹਿਕਰ ਸੱਚ ਕਹਿਣੇ ਕੀ ਆਦਤ ਹੈ, ਤਾਰਾ ਕੇ ਵੀ ਸ਼ੋਰ ਮੇ ਰਹਿਕਰ ਸੱਚ ਕਹਿਣੇ ਕੀ ਆਦਤ ਹੈ। ਮੈਂ ਸਾਗਰ ਸੇ ਵੀ ਗਹਿਰੀ ਹੂੰ, ਮੈਂ ਸਾਗਰ ਸੇ ਵੀ ਗਹਿਰੀ ਹੂੰ, ਤੁਮ ਕਿਤਨੇ ਕੰਕਰ ਫੈਂਕੋਗੇ, ਚੁਣ ਚੁਣ ਕਰ ਆਗੇ ਬਢੂੰਗੀ ਮੈਂ, ਤੁਮ ਮੁਝਕੋ ਕਬ ਤੱਕ ਰੋਕੋਗੇ, ਤੁਮ ਮੁਝਕੋ ਕਬ ਤੱਕ ਰੋਕੋਗੇ। ਝੁਕ ਝੁਕ ਕਰ ਸੀਧੀ ਖੜੀ ਹੋਈ, ਝੁਕ ਝੁਕ ਕਰ ਸੀਧੀ ਖੜੀ ਹੋਈ, ਅਬ ਫਿਰ ਝੁਕਨੇ ਕਾ ਸ਼ੌਕ ਨਹੀਂ, ਆਪਣੇ ਹੀ ਹਾਥੋਂ ਰਚੀ ਸਵਯਮ, ਤੁਮ ਸੇ ਮਿਟਣੇ ਕਾ ਖੌਫ ਨਹੀਂ, ਤੁਮ ਹਾਲਾਤੋਂ ਕੀ ਭਗਤੀ ਮੇ
बहुत ज्यादा सफरर होंगे हैं उन्होंने थोड़ी सहानुभूति की जरूरत नहीं सिंपथी की जरूरत नहीं है उन्होंने थोड़े प्यार के सपोर्ट की जरूरत है और मैं तो विश्वास है कि जे तुसी अब प्यार का एक हाथ बताओगे तो उस तो कई गुना तुसी उन्होंने प्यार पाओगे थैंक यू हैव अ नाइस